ਸਰ ਤੁਹਾਡਾ ਨਾਮ? ਮੇਰਾ ਨਾਮ ਜੀ ਸ਼ਮਸ਼ੇਰ ਸਿੰਘ, ਸੈਂਟਰ ਇੰਸਪੈਕਟਰ ਨਗਰ ਕੌਂਸਲ ਤਰਨਤਾਰਨ। ਇਹ ਸਰ ਅੱਜ ਕਿਸ ਤਰ੍ਹਾਂ ਜਿਹੜੀ ਰੇਡ ਹੋਈ ਹੈ, ਕੀ ਇਸ ਦਾ ਸਰ ਮਤਲਬ? ਰੇਡ ਇਸ ਤਰ੍ਹਾਂ ਹੋਈ ਹੈ ਜੀ, ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਵਾ ਪਲਾਸਟਿਕ ਪੂਰੇ ਤੌਰ ਤੇ ਪਿਛਲੇ ਸਾਲ 2022 ਚ ਜੁਲਾਈ ਤੋਂ ਬੈਨ ਕੀਤਾ ਹੋਇਆ, ਤੇ ਆਮ ਪਬਲਿਕ ਨੂੰ ਵੇਖਿਆ ਗਿਆ ਕਿ ਅਜੇ ਵੀ ਜਿਹੜਾ ਵਾ ਬੜੇ ਧੜੱਲੇ ਦੇ ਨਾਲ ਦੁਕਾਨਦਾਰ ਜਿਹੜੇ ਆ ਉਹ ਥੋਕ ਵਿਕਰੇਤਾ ਨੇ, ਚਾਹੇ ਉਹ ਪ੍ਰਚੂਨ ਹੈ ਚਾਹੇ ਉਹ ਕੋਈ ਵੀ ਰੇਹੜੀ ਵਾਲਾ ਕੋਈ ਵੀ, ਉਹ ਪਲਾਸਟਿਕ ਦਾ ਲਫਾਫਾ ਬੜੇ ਧੜੱਲੇ ਨਾਲ ਜਿਹੜਾ ਦੁਕਾਨਾਂ ਤੇ ਰੱਖ ਕੇ ਉਹ ਵੇਚ ਰਹੇ ਨੇ, ਜਿਹਦੇ 'ਚ ਜਿਹੜੇ ਹੋਲਸੇਲਰ ਨੇ ਉਹਨਾਂ ਵੱਲੋਂ ਆਪਣੀ ਦੁਕਾਨ ਤੇ ਜਿਹੜਾ ਮਟੀਰੀਅਲ ਰੱਖ ਕੇ ਜਿਹੜਾ ਉਹ ਵੇਚਿਆ ਜਾ ਰਿਹਾ। ਔਰ ਇਸ ਤੋਂ ਪਹਿਲਾਂ ਵੀ ਆਪਾਂ ਇੱਕ ਜਿਹੜਾ ਵਾ ਮੁਹਿੰਮ ਚਲਾਈ ਸੀਗੀ 2-3 ਮਹੀਨੇ ਪਹਿਲਾਂ, ਉਦੋਂ ਵੀ ਕਾਫੀ ਲਫਾਫੇ ਆਪਾਂ ਫੜੇ ਸੀਗੇ ਔਰ ਉਹਨਾਂ ਦੇ ਚਲਾਨ ਕੀਤੇ ਗਏ, ਚਲਾਨ ਕਰਨ ਤੋਂ ਬਾਅਦ ਉਹਨਾਂ ਨੂੰ ਜੁਰਮਾਨੇ ਪਾਏ ਗਏ ਸੀਗੇ। ਹੁਣ ਦੁਬਾਰਾ ਫਿਰ ਜਿਹੜੀਆਂ ਵਾ ਇੰਸਟਰਕਸ਼ਨਸ ਗਵਰਨਮੈਂਟ ਦੀਆਂ ਆਈਆਂ, ਜਿਹ 'ਚ ਸਾਡੇ ਨਾਲ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਟੀਮ ਵੀ ਸਾਨੂੰ ਜਿਹੜੀ ਆ ਉਹ ਨਾਲ ਅਸਿਸਟ ਕਰ ਰਹੀ ਆ, ਤੇ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਨਾਲ ਸਾਡੀ ਨਗਰ ਕੌਂਸਲ ਦੀ ਟੀਮ ਅੱਜ ਪਿਛਲੇ ਹਫ਼ਤੇ ਵੀ ਅਸੀਂ ਜਿਹੜੀ ਆ ਜਿਹੜੀ ਸ਼ਹਿਰ ਦੇ ਵਿੱਚ ਰੇਡ ਕੀਤੀ ਗਈ ਸੀ, ਜਿਹਦੇ ਨਾਲ ਜਿਹੜਾ ਸੀਗਾ ਉਦੋਂ ਵੀ ਅਸੀਂ ਕਾਫੀ ਜਿਹੜੇ ਹੱਦ ਤੱਕ ਲਫਾਫੇ ਪਲਾਸਟਿਕ ਦਾ ਬਣਿਆ ਹੋਇਆ ਸਮਾਨ ਜ਼ਬਤ ਕੀਤਾ ਸੀ ਔਰ ਉਹਨਾਂ ਨੂੰ ਜੁਰਮਾਨੇ ਕੀਤੇ ਗਏ ਸੀ। ਅੱਜ ਫਿਰ ਸਾਡੇ ਵੱਲੋਂ ਜਿਹੜੀ ਆ ਹਫ਼ਤਾਵਾਰੀ ਰੇਡ ਫਿਰ ਬਾਜ਼ਾਰ 'ਚ ਕੀਤੀ ਗਈ ਸ਼ਹਿਰ ਦੇ ਅੰਦਰ, ਔਰ ਕਾਫੀ ਜਿਹੜਾ ਵਾ ਉਹਦੇ 'ਚ ਅਸੀਂ ਪਲਾਸਟਿਕ ਦਾ ਬਣਿਆ ਹੋਇਆ ਸਮਾਨ ਜਿਹੜਾ ਉਹਨਾਂ ਦਾ ਚੁੱਕ ਕੇ ਲਿਆਂਦਾ, ਜਿਹਨੂੰ ਅਸੀਂ ਡਿਸਪੋਜ਼ ਆਫ ਕਰਾਂਗੇ ਔਰ ਉਹਨਾਂ ਦੇ ਚਲਾਨ ਕੀਤੇ ਗਏ ਆ, ਔਰ ਬਕਾਇਦਾ ਜੋ ਸਾਡਾ ਜਿਹੜਾ ਉਹਦੇ ਆਪਣਾ ਕਾਇਦੇ ਕਾਨੂੰਨ ਮੁਤਾਬਕ ਜਿਹੜੇ ਫਾਈਨ ਬਣਦੇ ਜੁਰਮਾਨੇ ਬਣਦੇ ਆ ਉਹ ਉਹਨਾਂ ਕੋਲ ਵਸੂਲ ਕੀਤੇ ਜਾਣਗੇ। ਸਰ ਇਹ ਕੰਟੀਨਿਊ ਰਹੇਗਾ ਜੀ? ਇਹ ਬਿਲਕੁਲ ਕੰਟੀਨਿਊ ਰਹੇਗਾ ਜੀ, ਇਹ ਹਫ਼ਤਾਵਾਰੀ ਜਿਹੜਾ ਵਾ ਸਰਕਾਰ ਵੱਲੋਂ ਨਿਰਦੇਸ਼ ਜਾਰੀ ਹੋਏ ਨੇ ਕਿ ਹਰ ਹਫ਼ਤੇ ਜਿਹੜੀ ਆ ਵਿਜਿਟ ਜਿਹੜੀ ਸ਼ਹਿਰ ਦੇ ਵਿੱਚ ਹੋਇਆ ਕਰੇਗੀ ਔਰ ਹਫ਼ਤਾਵਾਰੀ ਪ੍ਰੋਗਰਾਮ ਇਹ ਚੱਲੇਗਾ ਜੀ। ਹਰ ਹਫ਼ਤੇ ਸਾਡੀ ਨਗਰ ਕੌਂਸਲ ਦੀ ਟੀਮ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਔਰ ਬਕਾਇਦਾ ਅਸੀਂ ਜਾ ਕੇ ਬਾਜ਼ਾਰ 'ਤੇ ਚੈਕਿੰਗ ਕਰਾਇਆ ਕਰਾਂਗੇ, ਜਿਸ ਦੇ ਕੋਲੋਂ ਵੀ ਜਿਹੜਾ ਪਲਾਸਟਿਕ ਦਾ ਬਣਿਆ ਮਟੀਰੀਅਲ ਜਾਂ ਲਫਾਫੇ ਫੜੇ ਜਾਣਗੇ ਉਹਦੇ ਖਿਲਾਫ ਜਿਹੜੀ ਆ ਬਣਦੀ ਦੂਜੀ ਵਾਰਨਿੰਗ। ਫਸਟ ਟਾਈਮ ਅਸੀਂ ਉਹਨਾਂ ਨੂੰ ਵਾਰਨਿੰਗ ਦੇ ਕੇ ਚਲਾਨ ਕੀਤਾ ਔਰ ਉਹਨਾਂ ਦਾ ਪਲਾਸਟਿਕ ਜ਼ਬਤ ਕੀਤਾ, ਸੈਕੰਡ ਟਾਈਮ ਤੇ ਜਿਹੜਾ ਵਾ ਉਹਨਾਂ ਦੇ ਫਿਰ ਖਿਲਾਫ ਜੇ ਫੜਿਆ ਜਾਏਗਾ ਤੇ ਉਹਨਾਂ ਦੇ ਖਿਲਾਫ ਜੋ ਨਿਯਮਾਂ ਦੀ ਕਾਰਵਾਈ ਹੋਏਗੀ ਕਾਨੂੰਨ ਅਨੁਸਾਰ ਉਹ ਕਾਰਵਾਈ ਕੀਤੀ ਜਾਏਗੀ। ਹਾਂਜੀ ਸਰ, ਅਜੇ ਤਰਨ ਤਾਰਨ ਦੇ ਵਿੱਚ ਜਿਹੜੀ ਇਹ ਦੁਕਾਨਾਂ ਤੇ ਨੇੜੇ ਪ੍ਰਦੂਸ਼ਣ ਕੰਟਰੋਲ ਬੋਰਡ ਆਇਆ ਸੀ, ਸਰ ਇਹ ਕੀ ਅਦਾਰ ਸਰਕਾਰ ਵੱਲੋਂ? ਦੇਖੋ, ਸਰਕਾਰ ਵੱਲੋਂ ਜਿਹੜਾ ਵਾ ਕਿ ਪਲਾਸਟਿਕ ਬੈਨ ਕਰ ਦਿੱਤੀ ਗਈ ਹੈ ਬਿਲਕੁਲ, ਮਤਲਬ ਕਿ ਹਾਈਕੋਰਟ ਵੱਲੋਂ ਹੀ ਇੰਟਰੈਕਸ਼ਨਸ ਆ ਚੁੱਕੀਆਂ ਵਾ ਇਸ ਚੀਜ਼ ਲਈ, ਤੇ ਪੋਲੂਸ਼ਨ ਬੋਰਡ ਵੱਲੋਂ ਸਿੱਧੀਆਂ ਸਖ਼ਤ ਹਦਾਇਤਾਂ ਉਹਨਾਂ ਨੂੰ ਵੀ, ਡਿਪਾਰਟਮੈਂਟਸ ਨੂੰ ਵੀ ਹੋਗੀ, ਡੀਸੀ ਸਾਹਿਬ ਵੱਲੋਂ ਤਾਂ ਸਾਡੇ ਡਿਪਾਰਟਮੈਂਟ ਨੂੰ ਵੀ ਹੋਗੀਆਂ ਕਿ ਇਹਨੂੰ ਬਿਲਕੁਲ ਬੈਨ ਕੀਤਾ ਜਾਵੇ, ਤੇ ਜੇ ਕੋਈ ਦੁਕਾਨਦਾਰ ਪਲਾਸਟਿਕ ਦਾ ਲਿਫਾਫਾ ਵਰਤਦਾ ਯੂਜ਼ ਕਰਦਾ ਪਾਇਆ ਜਾਂਦਾ ਵਾ ਤੇ ਉਸ ਦੇ ਅਗੇਂਸਟ ਜਿਹੜਾ ਵਾ ਉਹ ਚਲਾਨ ਹੋਏਗਾ, ਜਿਹੜੇ ਕਿ ਜੁਰਮਾਨੇ ਦੀ ਵਿਵਸਥਾ ਹੈਗੀ ਇਹਦੇ 'ਚ। ਜੇ ਫਰਜ਼ ਕੀਤਾ ਉਹਦੇ ਕੋਲ 100 ਗ੍ਰਾਮ ਤੀਕਰ ਫੜਿਆ ਜਾਂਦਾ ਤਾਂ ਉਹਨੂੰ 2000 ਰੁਪਏ ਜੁਰਮਾਨਾ, ਜੇ 1/2 ਕਿਲੋ ਫੜਿਆ ਜਾਂਦਾ ਤਾਂ 5000 ਰੁਪਏ ਜੁਰਮਾਨਾ, ਜੇ 1/2 ਕਿਲੋ ਤੋਂ ਉੱਪਰ ਫੜਿਆ ਜਾਂਦਾ ਤਾਂ 10000 ਰੁਪਏ ਜੁਰਮਾਨਾ ਇਹ ਫਸਟ ਟਾਈਮ। ਜੇ ਸੈਕਿੰਡ ਟਾਈਮ ਉਸ ਬੰਦੇ ਦਾ ਚਲਾਨ ਹੁੰਦਾ ਤਾਂ ਸਿੱਧੀ ਉਹਦੀ ਇੰਪ੍ਰਿਜ਼ਨਮੈਂਟ ਹੈ, ਯਾਨੀ ਕਿ ਉਹ ਜੇਲ੍ਹ 'ਚ ਜਾਏਗਾ, ਉਹਦਾ ਚਲਾਨ ਪੁਲਿਸ ਕੋਲ ਜਾਏਗਾ। ਦੇਖੋ, ਅਸੀਂ ਇਹਦੀ ਮੁਨਾਦੀ ਵੀ ਕਰਾਈ ਹੋਈ ਹੈ, ਲੋਕਾਂ ਨੂੰ ਵਾਰ ਵਾਰ ਰਿਕੁਐਸਟ ਵੀ ਕੀਤੀ ਹੈ, ਯੂਨੀਅਨਸ ਦੀ ਮੀਟਿੰਗ ਵੀ ਕੀਤੀ, ਉਹਨਾਂ ਨੂੰ ਸੁਚੇਤ ਕੀਤਾ ਹੈ ਕਿ ਇਸ ਸੰਬੰਧ ਦੇ ਵਿੱਚ ਕੋਈ ਵੀ ਐਕਸਕਿਊਜ਼ ਨਹੀਂ ਚੱਲ ਸਕਦਾ ਹੈਗਾ, ਅਤੇ ਪਲਾਸਟਿਕ ਬਿਲਕੁਲ ਬੈਨ ਹੈਗੀ ਆ, ਹਾਈਕੋਰਟ ਵੱਲੋਂ ਬੈਨ ਹੈਗੀ ਆ, ਪੋਲਿਊਸ਼ਨ ਬੋਰਡ ਵੱਲੋਂ ਵੀ ਬੈਨ ਆ, ਇਸ ਦੇ ਬਹੁਤ ਜ਼ਿਆਦਾ ਨੁਕਸਾਨ ਹੈਗੇ ਆ ਜਿਹੜੇ ਕਿ ਜ਼ਮੀਨ ਨੂੰ ਖਰਾਬ ਕਰਦੀ ਪਈ ਹੈ ਉਹਨਾਂ ਦੇ, ਅਤੇ ਇਸ 'ਤੇ ਇਹੋ ਹੀ ਉਹਨਾਂ ਨੂੰ ਅਪੀਲ ਅਸੀਂ ਕਰਦੇ ਹਾਂ ਕਿ ਪਬਲਿਕ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਕੋਈ ਸਮਾਨ ਲੈਣ ਜਾਣ ਆਪਣਾ ਝੋਲਾ ਵਗੈਰਾ ਸਾਥ ਨਾਲ ਲੈ ਕੇ ਜਾਣ, ਅਤੇ ਦੁਕਾਨਦਾਰ ਵੀ ਜਿਹੜੇ ਹੈਗੇ ਆ ਇਹਨੂੰ ਪਲਾਸਟਿਕ ਨੂੰ ਬਿਲਕੁਲ ਬੈਨ ਕਰ ਦੇਣ, ਕਿਉਂਕਿ ਇਹ ਉਹਨਾਂ ਦੇ ਅਗੇਂਸਟ ਹੀ ਜਾਂਦੀ ਹੈ ਸਾਰੀ ਕਾਰਵਾਈ ਜਿਹੜੀ ਹੈ। ਹਾਂਜੀ ਬਿਲਕੁਲ ਕੰਟੀਨਿਊ, ਇਹ ਤੀਸਰੀ ਅਟੈਂਪਟ ਆ, ਇਹ ਤੀਸਰੀ ਵਾਰ ਆਏ ਆ, ਹਰ ਹਫ਼ਤੇ 2 ਵਾਰਾਂ ਚਲਾਨਿੰਗ ਹੋਣੀ ਇਹਦੀ, ਅਤੇ ਬਕਾਇਦਾ ਟੀਮ ਜਿਹੜੀ ਉੱਥੋਂ ਅੰਮ੍ਰਿਤਸਰ ਤੋਂ ਪੋਲਿਊਸ਼ਨ ਬੋਰਡ ਦੀ ਟੀਮ ਨਾਲ ਅਸੈਸ ਕਰਦੀ ਹੈ। ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਕਿ ਵੇਖਣ ਨੂੰ ਮਿਲਦਾ ਕਿ ਜਿਹੜੇ ਪੋਲਿਊਸ਼ਨ ਫੈਲਾਉਂਦੇ ਨੇ ਜਾਂ ਲਿਫਾਫੇ ਜਾਂ ਪਲਾਸਟਿਕ ਦੀ ਚੀਜ਼ਾਂ ਜਿਨ੍ਹਾਂ ਨੂੰ ਬਿਲਕੁਲ ਕੇਂਦਰ ਸਰਕਾਰ ਵੱਲੋਂ ਮਨ੍ਹਾ ਕੀਤਾ ਗਿਆ ਹੈ, ਪਰ ਅੱਜ ਤਰਨ ਤਾਰਨ ਨਗਰ ਕੌਂਸਲ ਵੱਲੋਂ ਜਿਹੜੀ ਆ ਰੇਡ ਕੀਤੀ ਗਈ ਹੈ ਦੁਕਾਨਾਂ ਦੇ ਉੱਪਰ ਕਿ ਜਿਹੜਾ ਪਲਾਸਟਿਕ ਹੈ ਜਿੰਨੀ ਬਿਲਕੁਲ ਮਨਾਹੀ ਹੈ। ਸੋ ਵੇਖ ਸਕਦੇ ਤਸਵੀਰਾਂ ਜਿਹੜੀਆਂ ਤੁਸੀਂ ਕਿ ਇਹ ਜਿਹੜੇ ਵੇਖੋ ਕਿ ਪਲੇਟਾਂ ਜਿਸ ਤਰ੍ਹਾਂ ਕਿ ਪਲਾਸਟਿਕ ਹੋਏ ਜਿਹਦਾ ਕਿ ਬਿਲਕੁਲ ਮਨ੍ਹਾ ਹੈ ਕਿ ਕੋਈ ਵੀ ਇਸਨੂੰ ਯੂਜ਼ ਨਹੀਂ ਕਰ ਸਕਦਾ, ਉਸਦੇ ਨਾਲ ਨਾਲ ਜੋ ਗਲਾਸ ਨੇ ਜਿਹੜੇ ਕਿ ਆਮ ਅਕਸਰ ਡਰਿੰਕ ਦੇ ਨਾਲ ਯੂਜ਼ ਕੀਤੇ ਜਾਂਦੇ ਨੇ, ਤਾਂ ਇਹ ਸਭ ਤੋਂ ਵੱਡੀ ਚੀਜ਼ਾਂ ਇਹ ਕਿ ਖਤਰਾ ਕੈਂਸਰ ਦੀ ਸਭ ਤੋਂ ਵੱਡੀ ਬਿਮਾਰੀ ਹੈ ਇਹ ਚੀਜ਼। ਔਰ ਲਿਫਾਫੇ ਵੇਖ ਸਕਦੇ ਜੋ ਕਿ ਕਿੰਨਾ ਢੇਰ ਲੱਗਾ ਹੈ, ਔਰ ਇਹ ਦੁਕਾਨਾਂ ਉੱਤੇ ਰੇਡ ਕੀਤੀ ਗਈ ਪੋਲਿਊਸ਼ਨ ਕੰਟਰੋਲ ਬੋਰਡ ਨਾਲ ਆਇਆ ਔਰ ਨਗਰ ਕੌਂਸਲ ਤਰਨ ਤਾਰਨ ਦੀ ਟੀਮ ਵੱਲੋਂ ਮਿਲ ਕੇ ਜਿਹੜਾ ਵਾ ਦੁਕਾਨਾਂ ਤੇ ਰੇਡ ਕੀਤੀ ਗਈ, ਔਰ ਹਰ ਹਫ਼ਤੇ ਇਸੇ ਜਗ੍ਹਾ ਤਰਨ ਤਾਰਨ ਦੇ ਵਿੱਚ ਇਸ ਦੀ ਰੇਡ ਹੋਇਆ ਕਰੇਗੀ। ਤੋਂ ਸਾਵਧਾਨ, ਕੋਈ ਵੀ ਇਸ ਚੀਜ਼ ਨੂੰ ਜਿਹੜਾ ਵਾ ਯੂਜ਼ ਨਾ ਕਰੇ, ਅਗਰ ਫੜੇ ਜਾਂਦੇ ਨੇ ਉਹਨਾਂ ਦੇ ਚਲਾਨ ਵੀ ਕੀਤੇ ਜਾਣਗੇ ਔਰ ਜਿਹੜਾ ਸਮਾਨ ਉਸ ਨੂੰ ਵੀ ਬਾਉਂਡ ਕੀਤਾ ਜਾਵੇਗਾ ਔਰ ਕਿਸੇ ਵੀ ਕੀਮਤ ਤੇ ਇਸ ਸਮਾਨ ਨੂੰ ਵਾਪਸ ਨਹੀਂ ਕੀਤਾ ਜਾਵੇਗਾ। ਔਰ ਇਸੇ ਦੱਸਣਾ ਚਾਹਾਂਗੇ ਕਿ ਕੋਈ ਵੀ ਜੇ ਇਸ ਚੀਜ਼ ਨੂੰ ਇਸਤੇਮਾਲ ਕਰਦਾ ਹੈ
तो वह इस्तेमाल करना बंद कर देवे, क्योंकि ये उपर काफ़ी ज़्यादा वेखन मिलता कि रेड करनी शुरुआत जी हो चुकी हुई है। अगर दुकाना वाले ज फैक्ट्रिया वाले जड़े भी ने सावधान हो जान, अगर नहीं तो उन्होंने उत्ते चलान और रेड जी की जाएगी। विजय कुमार जागबानी टीवी तरन तारण।